नमस्कार स्वागत है जी पर फिर खबर के इस बुलेटिन समय मैं रमन कुमार पहले एक नज़र छोड़ तो तो दिया खबर तो शुरू हुए चौथी लॉकडाउन दौरान देश भर में कई तरह दिया दोटा तो बाहर जिंदगी की रफ्तार कुछ बची गई सी वालों कोरोना वायरस कारण लगे लॉकडाउन करके लंबत पसवीं बारहवीं दोर्ड दीक्षावी डेटशीट का ऐलान ਭਾਰਤੀ ਰੇਲਵੇ ਵੱਲੋਂ ਹੁਣ ਤੱਕ 1300 ਤੋਂ ਵੱਧ ਵਿਸ਼ੇਸ਼ ਸ਼੍ਰਮਿਕ ਰੇਲਾ ਹਿੰਸਤਾਨ ਲੱਤ ਤੋਂ ਵੱਧ ਪ੍ਰਵਾਸੀ ਨੂੰ ਨਦੀ ਫੇਤਰੀ ਸੂਬੇ ਹੱਕ ਚਾਹੇਗਾ ਭਾਰਤ ਵਿੱਚ ਕੋਰੋਨਾ ਵਾਇਰਸ ਦੀ ਪੁਸ਼ਟੀ ਵਾਲੇ ਮਰੀਜ਼ਾਂ ਦੇ ਗਿਣਤੀ 69600 ਤੋਂ ਪਾਰ ਕੋਰੋਨਾ ਮਰੀਜ਼ਾਂ ਦੇ ਘਾਟੇ ਦੀ ਦਰ 38.29% ਤੱਕ ਪਹੁੰਚੀ ਪੰਜਾਬ ਵਿੱਚ ਕੋਰੋਨਾ ਮਰੀਜ਼ਾਂ ਦੀ ਵੱਡੀ ਗਿਣਤੀ ਵਿੱਚ ਸੇ탸 ਆਫੂ ਕੇ ਕਰੀਬ ਅਤੰਦਾ سلسلہ ਚੱਲੀ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਲੋਕਾਂ ਦੇ ਆਰਟੀਆਈ ਸੰਬੰਧਿਤ ਸਵਾਲਾਂ ਦੇ ਤੁਰੰਤ ਜਵਾਬ ਲਈ ਲੋਕਪਥੀ ਆਰਟੀਆਈ ਹੈਲਪਲਾਈਨ ਦੀ ਸ਼ੁਰੂਆਤ ਹੋ ਕੌਂਫੀਨਿਕੇਆ ਕੇ ਆਰਟੀਆਈ ਹੈਲਪਲਾਈਨ ਨਾਲ ਪਾਰ ਦਸਤਾਵੇਜ਼ੇ ਕੀ ਤੇ ਨਾਗਰੀਕਾਂ ਦੇ ਅਧਿਕਾਰਾਂ ਦੀ ਰੱਖਿਆ ਹੋਵੇਗੀ। आरटीआई हेल्पलाइन नंबर 0172864100 सुबह 10:00 बजे से शाम 4:00 बजे तक सोमवार से शुक्रवार खुला रहेगा लॉकडाउन दौरान विद्यार्थियों की सहूलियत ਲਈ डीडी पंजाबी और पंजाब सरकार मिलकर 19 मई 20 को वक्त वक्त श्रेणियों के विद्यार्थी भी क्लास का प्रसारण शुरू कीत इशारा है ਪੰਜਾਬ ਦੇ ਲੋਕਾਂ ਵੱਲੋਂ ਆਤਮ ਗਿਰ ਪਰ ਭਾਰਤ ਅਭਿਆਨ ਤਹਿਤ ਮੰਦਰੀਕਾ ਸਿਹਤ ਸੰਭਾਲ ਅਤੇ ਸਿੱਖਿਆ ਖੇਤਰਾਂ ਲਈ ਐਲਾਨੀ ਕੀ ਪੈਕੇਜ ਦਾ ਸਵਾਗਤ ਤੇ ਹੁਣ ਕਾਪਨਾ ਵਿਸਤਾਰ ਨਾਲ ਕੇਂਦਰ ਸਰਕਾਰ ਵੱਲੋਂ ਦੇਸ਼ ਭਰ ਵਿੱਚ ਲਾਕਡਾਊਨ ਨੂੰ 31 ਮਈ ਤੱਕ ਬਣਾ ਦਿੱਤਾ ਗਿਆ ਇਸ ਸਬੰਧੀ ਕੌਮੀ ਆਫਤ ਪ੍ਰਬੰਧਨ ਅਥਾਰਟੀ ਨੇ ਕੇਂਦਰ ਸਰਕਾਰ ਦੇ ਸਾਰੇ ਮੰਤਰਾਲਿਆਂ ਤੇ ਵਿਭਾਗਾਂ ਸੂਬਾ ਸਰਕਾਰਾਂ ਤੇ ਸੂਬਾ ਅਥਾਰਟੀਆਂ ਨੂੰ ਦੇਸ਼ ਭਾਰ ਵਿੱਚ ਲਾਕਡਾਊਨ ਨੂੰ ਜਾਰੀ ਰੱਖਣ ਸੰਬੰਧੀ ਹਦਾਇਤਾਂ ਜਾਰੀ ਕੀਤੀਆਂ ਹਨ ਅਥਾਰਟੀ ਨੇ ਆਰਥਿਕ ਗਤੀਵਿਧੀਆਂ ਨੂੰ ਮੁੜ ਤੋਂ ਸ਼ੁਰੂ ਕਰਨ ਲਈ ਚੌਥੇ ਗੇਟ ਦੇ ਇਸ ਲਾਕਡਾਊਨ ਦੇ ਨਿਯਮਾਂ ਵਿੱਚ ਜ਼ਰੂਰੀ ਤਬਦੀਲੀਆਂ ਲਈ ਕੌਮੀ ਕਾਰਜਕਾਰੀ ਕਮੇਟੀ ਨੂੰ ਨਿਰਦੇਸ਼ ਵਿਚਾਰੀ ਕੀਤੇ ਹਨ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਜਾਰੀ ਨਿਰਦੇਸ਼ਾ ਮੁਤਾਬਕ ਕਰੇਲ ਨੂੰ ਤੇ ਕੋ ਮੰਤਰੀ ਹਵਾਈ ਸੇਵਾਵਾਂ ਰੇਲਵੇ ਸੇਵਾਵਾਂ ਤੇ ਮੈਟਰੋ ਤੇ ਪਾਬੰਦੀਆਂ ਨੂੰ ਬਰਕਰਾਰ ਰੱਖਿਆ ਗਿਆ ਇਸ ਤੋਂ ਇਲਾਵਾ 31 ਮਈ ਤੱਕ ਸਕੂਲ ਕਾਲਜ ਤੇ ਹੋਰ ਵਿਦਿਅਕ ਅਦਾਰੇ ਵੀ ਬੰਦ ਰਹਿਣਗੇ ਨਿਰਦੇਸ਼ਾ ਮੁਤਾਬਕ ਸਿਨੇਮਾ ਘਰ ਸ਼ਾਪਿੰਗ ਮਾਲ ਥੀਏਟਰ ਬਾਰ ਅਤੇ ਆਡੀਟੋਰੀਅਮ ਮਾਤ ਵੀ ਬੰਦ ਰੱਖੇ ਜਾਣਗੇ ਗ੍ਰਹਿ ਮੰਤਰਾਲੇ ਵੱਲੋਂ 31 ਮਈ ਤੱਕ ਸਮਾਜਿਕ ਸਿਆਸੀ ਸੱਭਿਆਚਾਰਕ ਤੇ ਧਾਰਮਿਕ ਇਕੱਠਾਂ ਤੇ ਵੀ ਪਾਬੰਦੀ ਲਗਾਈ ਗਈ ਹੈ ਦੇਸ਼ ਭਰ ਵਿੱਚ ਧਾਰਮਿਕ ਸਥਾਨ ਵੀ ਆਮ ਜਨਤਾ ਲਈ ਬੰਦ ਰਹਿਣਗੇ ਨਿਰਦੇਸ਼ਾ ਮੁਤਾਬਕ ਅੰਤਰ ਸੁਬਾਈ ਬੱਸ ਸੇਵਾ ਅਤੇ ਵਾਹਨਾਂ ਦੀ ਆਵਾਜਾਈ ਨੂੰ ਚੋਣਵੀਆਂ ਸ਼ਰਤਾਂ ਨਾਲ ਖੁੱਲ੍ਹ ਦਿੱਤੀ ਗਈ ਹੈ ਇਸ ਤੋਂ ਇਲਾਵਾ ਈ-ਕਾਮਰਸ ਕੰਪਨੀਆਂ ਹੁਣ ਗੈਰ ਜ਼ਰੂਰੀ ਵਸਤਾਂ ਦਾ ਕਾਰੋਬਾਰ ਵੀ ਕਰ ਸਕਣਗੀਆਂ ਖੇਡ ਕੰਪਲੈਕਸਾਂ ਤੇ ਸਟੇਡੀਅਮਾਂ ਨੂੰ ਬਿਨਾਂ ਦਰਸ਼ਕਾਂ ਤੋਂ ਖੋਲਿਆ ਜਾ ਸਕੇਗਾ ਹੋਟਲ ਅਤੇ ਰੈਸਟੋਰੈਂਟਾਂ ਨੂੰ ਹੋਮ ਡਿਲੀਵਰੀ ਕਰਨ ਦੀ ਛੋਟ ਦਿੱਤੀ ਗਈ ਹੈ ਇਸ ਤੋਂ ਇਲਾਵਾ ਸੈਲੂਨ ਤੇ ਸ਼ਾਪਿੰਗ ਕੰਪਲੈਕਸ ਵੀ ਖੋਲੇ ਜਾਣਗੇ ਨਿਰਦੇਸ਼ਾਂ ਵਿੱਚ ਟੈਕਸਾਰ ਟੈਕਸ ਯੂਨਿਟੀ ਹਵਜਾਈ ਨੂੰ ਮਿਛਟਾ ਤਹਿਤ ਖੋਲ ਦਿੱਤੀ ਗਈ ਹੈ ਕੰਟੇਨਮੈਂਟ ਜ਼ੋਨਾ ਤੋਂ ਇਲਾਵਾ ਹੋਰਨਾਂ ਇਲਾਕਿਆਂ ਵਿੱਚ ਚੋਣਵੀਆਂ ਸ਼ਰਤਾ ਤਹਿਤ ਛੋੜ ਦਿੱਤੀ ਗਈ ਹੈ ਜਿਸ ਦੇ ਮੁਤਾਬਕ ਅੰਤਰ ਸੂਬਾਈ ਯਾਤਰਾ ਲਈ ਦੋਹਾਂ ਸੂਬਿਆਂ ਵਿਚਾਲੇ ਆਪਸੀ ਸਹਿਮਤੀ ਹੋਣੀ ਚਾਹੀਦੀ ਹੈ ਬਸ ਸਵਾਰੀ ਲਈ ਸਵਾਰੀਆਂ ਵਿਚਾਲੇ ਸਰੀਰਕ ਦੂਰੀ ਦੇ ਨਿਯਮਾਂ ਦੀ ਪਾਲਣਾ ਕਰਨੀ ਲਾਜ਼ਮੀ ਹੋਵੇਗੀ ਨਿਰਦੇਸ਼ਾਂ ਮੁਤਾਬਕ ਅੰਤਰ ਸੂਬਾਈ ਯਾਤਰਾ ਦਾ ਫੈਸਲਾ ਵੀ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵੱਲੋਂ ਹੀ ਕੀਤਾ ਜਾਵੇਗਾ इस तू तो इलावा लोकां दी अंतर सुबाई आवाजाई मानक संचालन प्रक्रिया जारी की गई है यानी कि स्टैंडर्ड ऑपरेटिंग प्रोसीजर्स जारी किए गए हैं गृह मंत्रालय मुताबिक रेड ऑरेंज और ग्रीन सोना संबंधी फैसला सूबे केंद्र शासित प्रदेश ही करेंगे निर्देशों मुताबक शाम सत बजे तो सवेरे सत बजे तक जरूरी गतिविधियों छट के रात का कर्फ्यू लगाया गया है ਬਜ਼ੁਰਗਾ ਗਰਭਵਤੀ ਮਹਿਲਾਵਾਂ ਤੇ 10 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਘਰ ਵਿੱਚ ਰਹਿਣ ਦੀ ਹਦਾਇਤ ਕੀਤੀ ਗਈ ਹੈ ਇਸ ਤੋਂ ਇਲਾਵਾ ਕਾਮਕਾਜੀਆਂ ਥਾਵਾਂ ਸਬੰਧੀ ਜਾਰੀ ਕੀਤੀ ਗਈ ਹਦਾਇਤਾਂ ਮੁਤਾਬਕ ਆਂਟ ਤੇ ਜਾਨ ਵਾਲੇ ਰਸਤਿਆਂ ਤੇ ਥਰਮਲ ਸਕੈਨਿੰਗ ਸੈਨੀਟਾਈਜ਼ਰ ਤੇ ਹੱਤੋਂ ਦਾ ਪ੍ਰਬੰਧ ਕੀਤਾ ਤੇ ਜਾਣ ਸਬੰਧਿਤ ਕੀਤਾ ਗਿਆ ਹੈ ਫੈਕਟਰੀਆਂ ਤੇ ਹੋਰਨਾਂ ਥਾਵਾਂ ਤੇ ਕਾਮਿਆਂ ਵਿਚਾਲੇ ਸਰੀਰਕ ਦੂਰੀ ਨੂੰ ਯਕੀਨੀ ਬਣਾਉਣ ਦੀ ਹਦਾਇਤਾਂ ਦਿੱਤੀਆਂ ਗਈਆਂ ਮੰਤਰਾਲੇ ਵੱਲੋਂ ਜਨਤਕ ਥਾਵਾਂ ਤੇ ਸ਼ਰਾਬ ਪਾਨ ਗੁਟਕਾ ਤੇ ਤੰਬਾਕੂ ਦੀ ਵਰਤੋਂ ਤੇ ਪਾਬੰਦੀ ਲਗਾਈ ਗਈ ਹੈ ਕਰਮ ਮੰਤਰਾਲੇ ਵੱਲੋਂ ਸਾਰੀ ਸੂਪियां ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਆਫਤ ਪਰ ਅਨੰਦਪੁਰ 2005 ਦੇ ਹੇਠ ਨਿਰਦੇਸ਼ਾਂ ਦੀ ਸਖਤੀ ਨਾਲ ਪਾਰਨ ਕਰਵਾਉਣ ਦੀ ਹਦਾਤ ਕੀਤੀ ਗਈ ਹੈ ਜੇਲਾ ਪੰਦਰ ਤੇ ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਨਿਰਦੇਸ਼ਾਂ ਦੀ ਪਾਰਨ ਕਰਵਾਈ ਚਾਵੇ ਕਿ ਲਾਕਡਾਊਨ ਦੀ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਖਿਲਾਫ ਆਫਤ ਪ੍ਰਬੰਧਨ ਐਕਟ 2005 ਦੀ ਧਾਰਾ 54 ਤੋਂ 60 ਤੱਕ ਅਤੇ IPC ਦੀ ਧਾਰਾ 188 ਤਹਿਤ ਕਾਨੂੰਨੀ ਕਾਰਵਾਈ ਕੀਤੀ ਚਾਹੀਦੀ ਹੈ CBSE ਨੂੰ ਅੱਜ 10ਵੀਂ ਤੇ 12ਵੀਂ ਦੀਆਂ ਬੋਰਡ ਦੀਆਂ ਬਾਕੀ ਰਹਿਣਦੀਆਂ ਪ੍ਰੀਖਿਆਵਾਂ ਲਈ ਡੇਟਸ਼ੀਟ ਜਾਰੀ ਕੀਤੀ ਗਈ ਹੈ ਇਹ ਪ੍ਰੀਖਿਆਵਾਂ ਕਰੋਨਾ ਵਾਇਰਸ ਕਾਰਨ ਲਾਕਡਾਊਨ ਕਰਕੇ ਪੂਰੀਆਂ ਨਹੀਂ ਸੰ ਹੋ ਸਕੀਆਂ ਉਹ CBSE ਦੀਆਂ 10ਵੀਂ ਤੇ 12ਵੀਂ ਦੀਆਂ ਰਹਿਣਦੀਆਂ ਪ੍ਰੀਖਿਆਵਾਂ ਇੱਕ ਤੋਂ 15 ਜੁਲਾਈ ਤੱਕ ਕਰਵਾਈਆਂ ਜਾਣਗੀਆਂ ਬੋਰਡ ਦੀਆਂ 10ਵੀਂ ਦੀਆਂ ਪ੍ਰੀਖਿਆਵਾਂ ਸਿਰਫ ਉੱਤਰਪੂਰਬੀ ਦਿੱਲੀ ਵਿੱਚ ਹਿੰਸਾ ਕਾਰਨ ਲੰਬਤ ਸੰ ਉੱਤਰਪੂਰਬੀ ਦਿੱਲੀ ਵਿੱਚ 10ਵੀਂ ਦੇ ਪੇਪਰ ਪਹਿਲੇ ਜੁਲਾਈ ਤੋਂ ਸ਼ੁਰੂ ਹੋਣਗੇ ਤੇ ਚਾਰ ਵਕਤ ਵਕਤ ਤਰੀਕਾਂ ਤੇ ਰਹਿਦੇ ਪੇਪਰ ਰੈਚਾਨਗੇ 1 ਪਹਿਲੇ ਜੁਲਾਈ ਨੂੰ ਸਮਾਜਿਕ ਵਿਗਿਆਨ ਦਾ ਪੇਪ ਜਾਤ ਕੇ ਦੂਜੇ ਦਿਨ ਸਾਇੰਸ ਦੀ ਪ੍ਰੀਖਿਆ ਲਈ ਜਾਵੇਗੀ ਸੀਬੀਐਸਸੀ ਦੇ ਕੰਟਰੋਲਰ ਪ੍ਰੀਖਿਆਵਾਂ ਸੰਯਮ ਪ੍ਰਧਵਾਚ ਨੇ ਨਵੀਂ ਦਿੱਲੀ ਵਿੱਚ ਹੋਰ ਵੇਰਵੇ ਦਿੰਦਿਆਂ ਦੱਸਿਆ ਕਿ 10 ਜੁਲਾਈ ਨੂੰ ਦਸਵੀਂ ਦੀਆਂ ਹਿੰਦੀ ਦੇ ਦੋਹੇ ਕੋਰਸਾਂ ਦੀ ਪ੍ਰੀਖਿਆਵਾਂ ਹੋਣਗੀਆਂ ਜਦਕਿ 15 ਜੁਲਾਈ ਨੂੰ ਅੰਗਰੇਜ਼ੀ ਦੇ ਦੋਹਾਂ ਕੋਰਸਾਂ ਦੀਆਂ ਪ੍ਰੀਖਿਆਵਾਂ ਨਿਸ਼ਚਿਤ ਕੀਤੀਆਂ ਗਈਆਂ ਹਨ ਵਿਦਿਆ ਕਾਮਾ ਦੌਰਾਨ ਵਿਦਿਆਰਥੀਆਂ ਲਈ ਸੇਤ ਨਿਸ਼ਾ ਨਿਰਦੇਸ਼ਾ ਸੰਬੰਧੀ ਪਾਰਤਵਾਸ਼ ਨੇ ਕਿਹਾ ਕਿ ਵਿਦਿਆਰਥੀ ਨੂੰ ਆਪਣੀਆਂ ਸੈਨੀਟਾਈਜ਼ਰ ਦੀਆਂ ਸ਼ੀਸ਼ੀਆਂ ਲੈ ਕੇ ਆਉਣਾ ਪਵੇਗਾ ਤੇ ਪ੍ਰੀਖਿਆ ਕੇਂਦਰ ਵਿੱਚ ਮਾਸਕ ਪਾ ਕੇ ਆਉਣਾ ਲਾਜ਼ਮੀ ਹੋਵੇਗਾ ਉਹਨਾਂ ਆਖਿਆ ਕਿ ਮਾਪਿਆਂ ਨੂੰ ਯਕੀਨੀ ਬਣਾਉਣਾ ਹੋਵੇਗਾ ਕਿ ਉਹਨਾਂ ਦਾ ਬੱਚਾ ਬਿਮਾਰ ਨਹੀਂ ਹੈ ਅਤੇ ਉਮੀਦਵਾਰਾਂ ਨੂੰ ਪ੍ਰੀਖਿਆ ਸਮੇਂ ਆਪਸੀ ਦੂਰੀ ਦੇ ਨਿਯਮ ਦੀ ਪਾਲਣਾ ਕਰਨੀ ਹੋਵੇਗੀ CBSE 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਬਾਰੇ ਵੇਰਵੇ ਦਿੰਦਿਆਂ ਭਾਰਤਵਾਚ ਨੇ ਦੱਸਿਆ ਕਿ ਹੋਮ ਸਾਇੰਸ ਦਾ ਪੇਪਰ 1 ਜੁਲਾਈ ਨੂੰ ਹੋਵੇਗਾ ਤੇ 2 ਜੁਲਾਈ ਨੂੰ ਹਿੰਦੀ ਤੇ ਦੋਹੇ ਕੋਰਸਾਂ ਦੀਆਂ ਪ੍ਰੀਖਿਆਵਾਂ ਹੋਣਗੀਆਂ 12ਵੀਂ ਜਮਾਤ ਦਾ ਬਿਜ਼ਨਸ ਸਟੱਡੀਜ਼ ਦਾ ਪੇਪਰ 9 ਜੁਲਾਈ ਲਈ ਨਿਸ਼ਚਿਤ ਕੀਤਾ ਗਿਆ ਹੈ ਇਸ ਤੋਂ ਬਾਅਦ 10 ਜੁਲਾਈ ਨੂੰ ਬਾਇਓਟੈਕਨੋਲੋਜੀ ਤੇ 11 ਜੁਲਾਈ ਨੂੰ ਉਹ ਵਿਗਿਆਨ ਦਾ ਪੇਪਰ ਹੋਵੇਗਾ ਕੋਵਿਡ-19 ਮਹਾਮਾਰੀ ਦੀ ਰੋਕਥਾਮ ਲਈ ਦੇਸ਼ ਭਰ ਵਿੱਚ ਲਗਾਏ ਗਏ ਲੋਕਡਾਊਨ ਤੇ ਚੱਲ ਰਹੀਆਂ ਰੇਲਵੇ ਨੇ ਹੁਣ ਤੱਕ 1300 ਤੋਂ ਵੱਧ 10 ਸ਼੍ਰਮਿਕ ਐਕਸਪ੍ਰੈਸ ਰੇਲ ਗੱਡੀਆਂ ਰਾਹੀਂ 17 ਲੱਖ ਤੋਂ ਵੱਧ ਪ੍ਰਵਾਸੀਆਂ ਨੂੰ ਉਨ੍ਹਾਂ ਦੇ ਪਿਤਰੀ ਸੂਬੇ ਤੱਕ ਪਹੁੰਚਾਇਆ ਹੈ। ਨਵੀਂ ਦਿੱਲੀ ਵਿੱਚ ਇਹ ਜਾਣਕਾਰੀ ਦਿੰਦਿਆਂ ਰੇਵਿਲੇ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਪਿਛਲੇ 4 ਦਿਨ ਤੋਂ ਸ਼੍ਰਮਿਕ ਰੇਲ ਗੱਡੀਆਂ ਰਾਹੀਂ ਰੋਜ਼ਾਨਾ ਉਸਤਨ 2 ਲੱਖ ਪ੍ਰਵਾਸੀਆਂ ਨੂੰ ਉਨ੍ਹਾਂ ਦੇ ਟਿਕਾਣਿਆਂ ਤੱਕ ਪਹੁੰਚਾਇਆ ਜਾ ਰਿਹਾ ਹੈ ਅਤੇ ਰੇਲਵੇ ਨੇ ਇਸ ਨੂੰ ਵਧਾ ਕੇ 3 ਲੱਖ ਤੱਕ ਕੀਤੀ ਜਾਣ ਦਾ ਇਚਾਰਾ ਦਿੱਤਾ ਹੈ। ਉਨਾ ਦੇ ਸਿਰਖ ਹੁੰਦਾ ਕੁਤ ਪਰਦੇਸ਼ ਲਈ ਸਭ ਤੋਂ ਵੱਧ 500 ਦੇ ਕਰੀਬ ਵਿਸ਼ੇਸ਼ ਛਰੇਲ ਗੱਡੀਆਂ ਨੂੰ ਮਨਜ਼ੂਰੀ ਦਿੱਤੀ ਗਈ ਹੈ ਜਦ ਕਿ ਬਿਹਾਰ ਲਈ ਤਕਰੀਬਨ 300 ਰੇਲਾ ਨੂੰ ਮਨਜ਼ੂਰ ਕੀਤਾ ਗਿਆ ਹੈ ਇਹਨਾਂ ਵਿਸ਼ੇਸ਼ ਛਰੇਲ ਗੱਡੀਆਂ ਦੀ ਸਮਰੱਥਾ ਨੂੰ ਵੀ 1200 ਤੋਂ ਵਧਾ ਕੇ 1700 ਕੀਤਾ ਗਿਆ ਹੈ ਕੇਂਦਰ ਸਰਕਾਰ ਮੁਤਾਬਕ ਇਹਨਾਂ ਸ਼੍ਰਮਿਕ ਰੇਲ ਗੱਡੀਆਂ ਤੇ ਯਾਤਰੀ ਕਿਰਾਏ ਦਾ ਖਰਚ 8515 ਦੇ ਅਨੁਪਾਤ ਨਾਲ ਸੂਬਾ ਸਰਕਾਰਾਂ ਤੇ ਰੀਵਲ ਨੂੰ ਕੀਤਾ ਜਾ ਰਿਹਾ ਹੈ भारत में कोविड उन्नीस की पुष्टि वाले मरीजों की गिनती छियानवे हज़ार तो पार हो गई है केंद्रीय सेहत मंत्रालय अनुसार हूं तक छत्ती हज़ार अठ सौ तेई करोना मरीज सेहतयाब हुए हैं कुल केसों छपंजा हज़ार तीन सौ सोलह एक्टिव केस ने कोविड उन्नीस नश भर में हूं तक तीन हज़ार 110 ਮੌਤਾ ਹੋ ਚੁੱਕੇ ਹਨ ਭਾਵੇਂ ਦੇਸ਼ ਵਿੱਚ ਕਰੋਨਾ ਦੀ ਪੁਸ਼ਟੀ ਵਾਲੇ ਮਰੀਜ਼ਾਂ ਦੀ ਗਿਣਤੀ ਵਿੱਚ ਤੇਜ਼ੀ ਨਾਲ ਵਾਧਾ ਹੋ ਰਿਹਾ ਪਰ ਇਸ ਵੇਲੇ ਕਰੋਨਾ ਤੋਂ ਠੀਕ ਹੋਣ ਦੀ ਦਰ ਵਿੱਚ ਵੀ ਕਾਫੀ ਸੁਧਾਰ ਆ ਰਿਹਾ ਹੈ ਜੋ ਇਸ ਵੇਲੇ 38.2% ਤੱਕ ਪਹੁੰਚ ਗਈ ਹੈ महाराष्ट्र इस समय कोरोना वायरस की पुष्टि वाले सब तेती हज़ार तिरवंजा मामले सामने आए जद कि सूबे एक हज़ार एक सौ अठानवे कोरोना मरीजों की हूँ तक मौत हो चुकी है गुजरात में ग्यारह हज़ार तीन सौ अस्सी करोना वायरस की पुष्टि वाले मरीज़ सामने आए हैं जिन्होंने छे सौ उनाहट करोना मरीजों की मौत हुई है इस अलावा तमिलनाडु दिल्ली राजस्थान मध्य प्रदेश उत्तर प्रदेश सूबे करोना वायरस को काफ़ी ज़्यादा प्रभावित हैं इधर पंजाब हूं तक करोना वायरस की पुष्टि वाले मरीजों की गिनती उन्नीस सौ चौह तक पहुँच गई है सेहत महकमे मुताबक हूँ तक एक हज़ार तीन सौ छियाठ मरीज हुए हैं ਪੰਜਾਬ ਵਿੱਚ ਪਿਛਲੇ ਕੁਝ ਦਿਨਾਂ ਤੋਂ ਕੋਰੋਨਾ ਵਾਇਰਸ ਦੀ ਫੈਲਣ ਦੀ ਚਿੰਤਾ ਕਟੀ ਹੈ ਇਸ ਦੇ ਨਾਲ ਕਿ ਵੱਡੀ ਗਿਣਤੀ ਵਿੱਚ ਮਰੀਜ਼ ਸਿਹਤਯਾਬ ਹੋ ਕੇ ਘਰ ਪਰਤੇ ਹਨ ਅੱਜ ਗੁਰਦਾਸਪੁਰ ਜ਼ਿਲ੍ਹੇ ਤੋਂ ਇੱਕ ਚੰਗੀ ਖਬਰ ਆਈ ਇੱਥੇ ਦਾਖਲ 123 ਕੋਰੋਨਾ ਮਰੀਜ਼ਾਂ ਨੂੰ ਸਿਹਤਯਾਬ ਹੋਣ ਮਗਰੋਂ ਆਜ ਕਰ ਪੇੜ ਦਿੱਤਾ ਗਿਆ ਹੁਣ ਗੁਰਦਾਸਪੁਰ ਜ਼ਿਲ੍ਹੇ ਵਿੱਚ ਕੋਰੋਨਾ ਦਾ ਸਿਰਫ ਇੱਕ ਹੀ ਮਰੀਜ਼ ਰਹਿ ਗਿਆ ਜਿਸ ਦਾ ਇਲਾਜ ਚੱਲ ਰਿਹਾ ਹੈ ਪੰਜਾਬ ਵਿੱਚ ਹੁਣ ਤੱਕ ਕੋਰੋਨਾ ਵਾਇਰਸ ਨਾਲ ਕੁੱਲ 30 ਮੌਤਾਂ ਹੋਈਆਂ ਹਨ ਪੰਜਾਬ ਵਿੱਚ ਕਰੋਨਾ ਵਾਇਰਸ ਨੂੰ ਲੈ ਕੇ ਇੱਕ ਚੰਗੀ ਖਬਰ ਇਹ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਕਈ ਸਿਲਿਆਂ ਤੋਂ ਵੱਡੀ ਗਿਣਤੀ ਵਿੱਚ ਕਰੋਨਾ ਮਰੀਜ਼ਾਂ ਦੇ ਸਿਹਤਿਆਭੂਨ ਦिए ਘਬਰਾ ਰਹੀਆਂ ਹਨ ਜਿਸ ਕਰਕੇ ਕੁਝ ਸਿਰੇ ਹੁਣ ਕਰੋਨਾ ਮੁਕਤ ਹੋ ਗਏ ਹਨ ਕੁਝ ਦਿਨ ਪਹਿਲਾਂ ਤਰ ਦਰਨ ਤੇ ਬਨਾਲਾ ਸਿਲਿਆਂ ਨੂੰ ਕਰੋਨਾ ਮੁਕਤ ਐਲਾਨਿਆ ਗਿਆ ਸੀ ਤੇ ਹੁਣ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਇਸ ਵੇਲੇ ਕਰੋਨਾ ਦਾ ਕੋਈ ਵੀ ਮਰੀਜ਼ ਮੌਜੂਦ ਨਹੀਂ ਹੈ ਤੇ ਸਾਰੇ ਕੇਸ ਸਿਹਤਿਆਭੂਨ ਮਗਰੋਂ ਘਰੀਂ ਪਿੱਛੇ ਦਿੱਤੇ ਗਏ ਨੇ ਫਿਰੋਜ਼ਪੁਰ ਜ਼ਿਲ੍ਹੇ ਦੇ ਡਾਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਦੱਸਿਆ ਕਿ ਫਿਰੋਜ਼ਪੁਰ ਦੇ ਸਿਵਲ ਹਸਤਾਲ ਦੇ ਆਈਸੋਲੇਸ਼ਨ ਵਾਰਡ ਵਿੱਚ ਕਰੋਨਾ ਵਾਇਰਸ ਦੇ ਤਿੰਨ ਐਕਟਿਵ ਮਰੀਜ਼ ਸਨ ਜਿਨ੍ਹਾਂ ਨੂੰ ਸਿਹਤ ਯਾਬ ਹੋਣ ਮਗਰੋਂ ਛੁੱਟੀ ਦੇ ਦਿੱਤੀ ਗਈ ਹੈ ਉਹਨਾਂ ਦੱਸਿਆ ਕਿ ਇਸ ਤੋਂ ਪਹਿਲਾਂ ਇੱਥੇ ਦਾਖਲ 39 ਮਰੀਜ਼ਾਂ ਨੂੰ ਵੀ ਉਹਨਾਂ ਦੀਆਂ ਰਿਪੋਰਟਾਂ ਨੈਗੇਟਿਵ ਆਉਣ ਤੇ ਸਿਹਤ ਵਿਭਾਗ ਦੇ ਨਵੇਂ ਦਿਸ਼ਾ ਨਿਰਦੇਸ਼ਾਂ ਅਨੁਸਾਰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਸੀ ਉਹਨਾਂ ਵੀ ਦੱਸਿਆ ਕਿ ਜ਼ਿਲ੍ਹੇ ਵਿੱਚ ਹੁਣ ਕੁਆਰੰਟਾਈਨ ਸੈਂਟਰ ਵਿੱਚ ਵੀ ਕੋਈ ਵਿਅਕਤੀ ਨਹੀਂ ਹੈ ਹਸਪਤਾਲ ਚੋਂ ਘਰੀ ਭੇਜੇ ਗਏ ਸਾਰੇ ਵਿਅਕਤੀ ਅਗਲੇ 7 ਦਿਨ ਤੱਕ ਆਪਣੇ ਘਰੀ ਇਕਾਂਤਵਾਸ ਵਿੱਚ ਰਹਿਣਗੇ ਇਹ ਦੱਸਦਿਆਂ ਮੈਨੂੰ ਤਸੱਲੀ ਔਰ ਖੁਸ਼ੀ ਦਾ ਅਨੁਭਵ ਹੋ ਰਿਹਾ ਹੈ ਕਿ ਸਾਡਾ ਜ਼ਿਲ੍ਹਾ ਹੁਣ ਕਰੋਨਾ ਫ੍ਰੀ ਹੋ ਗਿਆ ਇੱਥੇ ਇੱਕ ਵਾਰੀ ਸਾਡਾ ਕਾਊਂਟ 44 ਦਾ ਹੋ ਗਿਆ ਸੀ ਜਿਹਦੇ ਵਿੱਚੋਂ ਇੱਕ ਜਾਣੇ ਦੀ ਡੈਥ ਹੋ ਗਈ ਸੀ ਉਹਦਾ ਡੈਥ ਤੋਂ ਬਾਅਦ ਹੀ ਸੈਂਪਲ ਲਿਆ ਸੀ ਉਹਦੀ ਰਿਪੋਰਟ ਪੋਜ਼ਿਟਿਵ ਆਈ ਸੀ ਤੇ ਬਾਕੀ 43 ਜਾਣੇ ਜਿਹੜੇ ਨੇ ਉਹ ਤੰਦਰੁਸਤ ਹੋ ਕੇ ਘਰਾਂ ਨੂੰ ਚਲੇ ਗਏ ਨੇ ਇਹਦੇ ਵਿੱਚ ਸਾਡੀ ਸਾਰੀ ਟੀਮ ਦੀ ਪੂਰੀ ਮਿਹਨਤ ਹੈ ਉਚਾਈ ਹੈਲਥ ਵਰਕਰਸ ਹੋਣ ਚਾਹੀਏ ਸਿਵਲ ਦੀ ਟੀਮ ਚਾਹੀਏ ਪੁਲਿਸ ਪ੍ਰਸ਼ਾਸਨ ਜਾਂ ਜਿੰਨੀਆਂ ਵੀ ਸੰਸਥਾਵਾਂ ਇਹਦੇ ਚ ਲੱਗੀਆਂ ਹੋਈਆਂ ਸੀ ਸਾਰਿਆਂ ਨੇ ਬੜੀ ਤਨਦੇਹੀ ਨਾਲ ਕੰਮ ਕੀਤਾ ਤੇ ਉਹਦਾ ਰਿਜ਼ਲਟ ਸਭ ਦੇ ਸਾਹਮਣੇ ਹੈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਲੋਕਪੱਕੀ ਵਿਸ਼ੇਸ਼ ਆਰਟੀਆਈ ਹੈਲਪਲਾਈਨ ਦੀ ਸ਼ੁਰੂਆਤ ਕੀਤੀ ਆਰਟੀਆਈ ਹੈਲਪਲਾਈਨ ਦੇ ਸ਼ੁਰੂ ਹੋਣ ਨਾਲ ਪੰਜਾਬ ਦੇ ਲੋਕਾਂ ਨੂੰ ਸੂਚਨਾ ਦਾ ਅਧਿਕਾਰ ਕਾਨੂੰਨ ਸੰਬੰਧੀ ਆਪਨੇ ਸਵਾਲਾਂ ਦਾ ਫੋਨ ਕਰਕੇ ਹੀ ਜਵਾਬ ਮਿਲ ਸਕੇਗਾ ਲੋਕ ਨੂੰ ਇਸ ਮਕਸਦ ਲਈ ਚਾਲੂ ਕੀਤੇ ਗਏ ਆਟਿਆ ਹੈਲਪਲਾਈਨ ਨੰਬਰ 0172 2844100 ਤੇ ਕਾਲ ਕਰ ਸਕਤਿਆਂ। ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਇਹ ਸਹੂਲਤ ਨਾਲ ਸੂਚਨਾ ਦਾ ਅਧਿਕਾਰ ਕਾਨੂੰਨ ਨੂੰ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕੀਤਾ ਜਾ ਸਕੇਗਾ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਰਟੀਆਈ ਹੈਲਪਲਾਈਨ ਚਾਲੂ ਹੋਣ ਨੂੰ ਉਹਨਾਂ ਦੀ ਸਰਕਾਰ ਦੇ ਹਰ ਪੱਧਰ ਤੇ ਸ਼ਾਸਨ ਵਿੱਚ ਪਾਰਦਰਸ਼ਤਾ ਲਿਆਉਣ ਵਾਲੇ ਪਾਸੇ ਇੱਕ ਨਵਾਂ ਕਦਮ ਦਸਿਆ ਹੈ। ਮੁੱਖ ਮੰਤਰੀ ਵੱਲੋਂ ਆਰਟੀਆਈ ਹੈਲਪਲਾਈਨ ਦਾ ਉਦਘਾਟਨ ਜੰਨੀਗੜ੍ਹ ਸਟੇਟ ਸੂਬਾ ਸੂਚਨਾ ਕਮਿਸ਼ਨ ਦੇ ਦਫ਼ਤਰ ਵਿੱਚ ਕੀਤਾ ਗਿਆ। ਪੰਜਾਬ ਸਰਕਾਰ ਵੱਲੋਂ ਆਰਟੀਆਈ ਹੈਲਪਲਾਈਨ ਦੀ ਸ਼ੁਰੂਆਤ ਬਾਅਦ ਸਰਕਾਰ ਦੇ ਪਰਸਨਲ ਜਨ ਤੱਕ ਸ਼ਿਕਾਇਤਾਂ ਤੇ ਪੈਂਸ਼ਨ ਸਬੰਧਤ ਅਧਾਲਿਏ ਹੇਠ ਪਰਸਨਲ ਤੇ ਟ੍ਰੇਨਿੰਗ ਪਾਰਕ ਦੀ ਸ਼ਾਨ ਇਤਿਸ਼ਾਹ ਉਸਾਰ ਕੀਤੇ ਗਿਆ ਹੈ ਮੁੱਖ ਮੰਤਰੀ ਨੇ ਦੱਸਿਆ ਕਿ ਆਰਟੀਆ ਹੈਲਪਲਾਈਨ ਸਰਕਾਰੀ ਅਧਿਕਾਰੀਆਂ ਤੇ ਮੁਲਾਜ਼ਮਾਂ ਸਭੇ ਸਾਰੇ ਨਾਗਰਿਕਾਂ ਨੂੰ ਉਪਲਬਧ ਹੋਵੇਗੀ ਸਰਕਾਰੀ ਬੁਲਾਰਨੀ ਨੇ ਚੰਡੀਗੜ੍ਹ ਵੀ ਦੱਸਿਆ ਕਿ ਪੰਜਾਬ ਸੂਬਾ ਸੂਚਨਾ ਕਮਿਸ਼ਨ ਵੱਲੋਂ ਨਾਗਰਿਕਾਂ ਦੀ ਤਰਫੋਂ ਆਰਟੀਆ ਕਾਨੂੰਨ ਬਾਰੇ ਜਾਣਕਾਰੀਆਂ ਹਾਸਲ ਕਰਨ ਦੀ ਗਿਣਤੀ ਵਿੱਚ ਕਾਫੀ ਜ਼ਿਆਦਾ ਵਾਧਾ ਹੋ ਰਿਹਾ ਹੈ ਉਨ੍ਹਾਂ ਦੱਸਿਆ ਕਿ ਆਰਟੀਆ ਰਾਹੀਂ ਜਾਣਕਾਰੀ ਹਾਸਲ ਕਰਨ ਵਾਲੇ ਵਿੱਚ ਪੰਜਾਬ ਸੂਬੇ ਤੋਂ ਇਲਾਵਾ ਰਾਜਧਾਨੀ ਚੰਡੀਗੜ੍ਹ ਸਮੇਤ ਦੇਸ਼ ਦੇ ਬਾਕੀ ਹਿੱਸਿਆਂ ਤੋਂ ਐਨਆਰਆਈ ਵੀ शामिल उन्होंने आख्या है कि भावे सूचना का अधिकार कानून दो हज़ार पांच होने आ गया अजे भी दफ्तरों विच प्रशासनिक अधिकारियों ने भी इस कानून बारे पूरी तरह जानकारी नहीं है जिस करके आर टी आई हैल्पलाइन शुरू की गई है ਡੀਡੀ ਪੰਜਾਬੀ ਵੱਲੋਂ ਲਾਕਡਾਊਨ ਦੌਰਾਨ ਵਿਦਿਆਰਥੀਆਂ ਦੀ ਸਹੂਲਤ ਲਈ ਨਵੇਕਲੀ ਪਹਿਲ ਕਰਦੇ ਹਨ ਕੱਲ 19 ਮਈ ਤੋਂ ਵਾਕ-ਵਕ ਸ਼੍ਰੇਣੀਆਂ ਦੇ ਵਿਦਿਆਰਥੀਆਂ ਲਈ ਕਲਾਸਾਂ ਦਾ ਪ੍ਰਸਾਰਣ ਕੀਤਾ ਜਾ ਰਿਹਾ ਹੈ ਇਹ ਉਪਰਾਲਾ ਪੰਜਾਬ ਸਰਕਾਰ ਦੇ ਸਕੂਲ ਸਿੱਖਿਆ ਵਿਭਾਗ ਤੇ ਦੂਰਦਰਸ਼ਨ ਵੱਲੋਂ ਰਲ ਕੇ ਕੀਤਾ ਗਿਆ ਹੈ ਡੀਡੀ ਪੰਜਾਬੀ ਤੇ ਹਰ ਰੋਜ਼ ਸਵੇਰੇ 9 ਵਜੇ ਤੋਂ ਦੁਪਹਿਰ ਬਾਅਦ ਤੱਕ ਇਹ ਪ੍ਰਸਾਰਣ ਵੇਖੇ ਜਾ ਸਕਣਗੇ ਕੱਲ ਹੋਣ ਵਾਲੇ ਪ੍ਰਸਾਰਣ 9ਵੀਂ ਅਤੇ 10ਵੀਂ ਦੀਆਂ ਕਲਾਸਾਂ ਤੋਂ ਇਲਾਵਾ ਪ੍ਰਾਇਮਰੀ ਦੀਆਂ ਤੇਜੀ ਤੋਂ ਪੰਜਵੀਂ ਕਲਾਸਾਂ ਦੇ ਵੀ ਹੋਣਗੇ ਬਲਕਿ 9 ਵਜੇ ਤੋਂ 9:30 ਵਜੇ ਤੱਕ ਨੌਵੀਂ ਜਮਾਤ ਲਈ ਗਣਿਤਿਕ ਕਲਾਸ ਹੋਵੇਗੀ ਸਾਡੇ 9 ਤੋਂ 10 ਵਜੇ ਤੱਕ ਸਾਇੰਸ ਸਵਾ 10 ਵਜੇ ਤੋਂ 10:45 ਤੱਕ ਅੰਗਰੇਜ਼ੀ 10:45 ਤੋਂ ਸਵਾ 11 ਵਜੇ ਤੱਕ ਪੰਜਾਬੀ ਦੀ ਕਲਾਸ ਦਾ ਪ੍ਰਸਾਰਣ ਹੋਵੇਗਾ ਉਸ ਤੋਂ ਬਾਅਦ ਸਵਾ 11 ਤੋਂ ਪੌਣੀ 12 ਵਜੇ ਤੱਕ 10ਵੀਂ ਕਲਾਸ ਦੇ ਵਿਦਿਆਰਥੀਆਂ ਲਈ ਗਣਿਤ ਪੌਣੇ 12 ਵਜੇ ਤੋਂ ਸਮਾ 12 ਵਜੇ ਤੱਕ ਸਾਈਂ ਸਵਾ 12 ਵਜੇ ਤੋਂ ਪੌਣੇ 1 ਵਜੇ ਤੱਕ ਅੰਗਰੇਜ਼ੀ ਅਤੇ ਸਵਾ 1 ਵਜੇ ਤੋਂ ਪੌਣੇ 2 ਵਜੇ ਤੱਕ ਪੰਜਾਬੀ ਦੀ ਕਲਾਸ ਹੋਵੇਗੀ ਉਸ ਤੋਂ ਬਾਅਦ 1:30 ਤੋਂ 2:30 ਤੱਕ ਪ੍ਰਾਇਮਰੀ ਕਲਾਸਾਂ ਦੇ 3 ਜੀ ਤੇ 5ਵੀਂ ਦੇ ਵਿਦਿਆਰਥੀਆਂ ਲਈ ਪ੍ਰਸਾਰਣ ਹੋਵੇਗਾ।"},{"ਤੇ"},{"ਪਰ"},{"ਦਾਨ"},{"ਮંત્રી"},{"ਨਰਿੰਦਰ"},{"ਮੋਦੀ"},{"ਵਿਲੋ"},{"ਆਤਮ"},{"ਨਿਰਪਰ"},{"ਭਾਰਤ"},{"ਅਭਿਆਨ"},{"ਤਹਿਤ" ਇਲਾਣੇ 1.4 ਕਰੋੜ ਰੁਪਏ ਦੇ ਪੈਕੇਜ ਵਿੱਚ ਸਿੱਖਿਆ ਮੰਧਰੇਗਾ ਤੇ ਈਜ਼ ਆਫ ਡੂਇੰਗ ਬਿਜ਼ਨਸ ਕੇਟਰ ਵਿੱਚ ਨੀਤੀਆਂ ਕਈਆਂ ਰਾਤਾ ਦਾ ਪੰਜਾਬ ਦੇ ਲੋਕਾਂ ਨੇ ਸਵਾਗਤ ਕੀਤਾ ਹੈ। ਹੁਸ਼ਿਆਰਪੁਰ ਸ਼ਹਿਰੀ ਅਧਿਆਪਕਾਂ ਨੇ ਦੂਰ ਦਸ਼ਿੰਦਲ ਗੱਲਬਾਤ ਕਰ ਦਿਆ। ਆਨਲਾਈਨ ਸਿੱਖਿਆ ਸਬੰਧੀ ਚੈਨਲ ਸ਼ੁਰੂ ਕਰਨ ਨੂੰ ਕੇਂਦਰ ਸਰਕਾਰ ਨੇ ਕ੍ਰਾਂਤੀਕਾਰੀ ਕਦਮ ਦੱਸਿਆ ਹੈ। ਅਧਿਆਪਕਾਂ ਦਾ ਕਹਿਣਾ ਕਿ ਇਸ ਨਾਲ ਸਿੱਖਿਆ ਦੇ ਪਾਸਾਰ ਅਤੇ ਵਿਦਿਆਰਥੀਆਂ ਦੀ ਬਿਹਾਰੀ ਸਿੱਖਿਆ ਵਿੱਚ ਲਾਭ ਮਿਲੇਗਾ। ਸਾਡੇ ਫਰਨਾਸ ਮਿਸਟਰ ਜੀ ਨੇ ਸਿੱਖਿਆ ਨੂੰ ਲਾਭ ਦਿੱਤੀਆਂ ਉਹਨਾਂ ਨਾਲ ਬੱਚਿਆਂ ਨੂੰ ਬਹੁਤ ਜ਼ਿਆਦਾ ਫਾਇਦਾ ਹੋਣ ਜਾ ਰਿਹਾ। ਵਰਣੇ 15 ਚੈਨਲ ਦੂਰਦਰਸ਼ਨ ਦੇ ਉੱਪਰ ਬੱਚਿਆਂ ਦੀ ਪੜ੍ਹਾਈ ਦੇ ਲਈ ਸ਼ੁਰੂ ਕੀਤੇ ਆ। ਔਰ ਉਹਦੇ ਨਾਲ ਰੇਡੀਓ ਦੇ ਉੱਪਰ ਵੀ ਬੱਚਿਆਂ ਨੂੰ ਪੜ੍ਹਾਉਣ ਦਾ ਜਿਹੜਾ ਇੰਤਜ਼ਾਮ ਉਹ ਕੀਤਾ ਗਿਆ। ਇੱਕ ਬਹੁਤ ਹੀ ਵਧੀਆ ਕਦਮ ਲਿਆ ਆ ਸਾਡੇ ਫਾਈਨੈਂਸ ਮਿਨਿਸਟਰ ਨੇ। 1 ਚੈਨਲ 1 ਕਲਾਸ ਦੇ ਨਾਲ ਬੱਚਿਆਂ ਨੂੰ ਬਹੁਤ ਜ਼ਿਆਦਾ ਫਾਇਦਾ ਹੋਏਗਾ। ਹਰ ਬੱਚੇ ਨੂੰ ਪਤਾ ਹੈ ਕਿ ਉਹਦੀ ਕਲਾਸ ਕਦੋਂ ਲੱਗਦੀ ਹੈ ਔਰ ਟੀਵੀ ਦੇ ਉੱਪਰ ਜ਼ਿਆਦਾ ਬੈਟਰ ਰਹੇਗਾ ਅਜ ਕੰਪੇਅਰ ਟੂ ਮੋਬਾਈਲ। ਵੈਸੇ ਤਾਂ ਅਸੀਂ ਆਨਲਾਈਨ ਪ੍ਰੋਵਾਈਡ ਕਰ ਰਹੇ ਹਾਂ WhatsApp ਤੇ ਪਰ ਉਹਦੇ ਨਾਲੋਂ ਇੱਕ ਬਹੁਤ ਅੱਛਾ ਆ ਤੇ ਨਾਲੇ ਜਿਹੜਾ ਇਹਨਾਂ ਨੇ ਇਹ ਪਾਰਸ਼ਲਾ ਦੇ ਵਿੱਚ 200 ਬੁਕਸ ਦੀ ਐਡੀਸ਼ਨ ਕੀਤੀ ਹੈ ਉਹ ਬਹੁਤ ਹੀ ਇੱਕ ਵਿਧੇਂਤਰੀ ਵਿੱਤ ਮੰਤਰੀ ਦਰਮਲਾ ਸੀਤਾਰਾਮਨ ਵੱਲੋਂ ਮੰਦਰੇਗਾ ਸਕੀਮ ਲਈ 40000 ਕਰੋੜ ਰੁਪਏ ਦੀ ਵਾਧੂ ਰਾਸ਼ੀ ਮਨਜ਼ੂਰ ਕਰਨ ਤੇ ਐਲਾਨ ਤੋਂ ਬਾਅਦ ਮੰਦਰੇਗਾ ਕਾਮ ਨੇ ਖੁਸ਼ੀ ਸਹਿਤ ਕੀਤੀ ਹੈ ਮੋਹਾਲੀ ਇਸੇ ਲਈ ਤੇ ਮਦਰ ਫੀੜੀ ਪਿੰਡ ਤੇ ਮੰਦਰੇਗਾ ਕਾਮਯਾਨੀ ਦੂਦਰਸ਼ਨ ਖਬਰਾਂ ਨਾਲ ਗੱਲਬਾਤ ਕਰਦੇ ਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ ਹੈ ਦੇਸ ਜਾਨ 1000 ਕਰੋੜ ਸਰਕਾਰ ਨੇ ਰੱਖਿਆ ਇਹ ਵਧੀਆ ਕਰਿਆ ਮਨਰੇ ਗਾਹ ਤੇ ਉੱਤਲੂਗਾ ਇਸ ਨਾਲ ਸਾਨੂੰ ਕੰਮ ਹੋਰ ਮਿਲੂਗਾ ਇਸ ਗੱਲ ਇਸ ਤੋਂ ਅਸੀਂ ਸਰਕਾਰ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਮੈਂ ਅਮਰੀਕਾ ਇੱਧਾ ਵਰਕਰਾਂ ਜਿਹੜਾ ਮੋਦੀ ਸਰਕਾਰ ਨੇ ਸੈਂਟਰ ਸਰਕਾਰ ਨੇ 20 ਲੱਖ ਕਰੋੜ ਰੁਪਈਆ ਦਿੱਤਾ ਉਹਦੇ ਨਾਲ ਸਾਡੀ ਆਰਥਿਕ ਸਥਿਤੀ ਮਜ਼ਬੂਤ ਹੋਊ ਸਾਡਾ ਵੀ ਕੰਮ ਵਧੂਗਾ ਪਹਿਲਾਂ 100 ਦਿਨ ਜਿਹੜੀ ਦੀ ਹੋ ਸਾਡੇ ਉਹ ਦਿਨ ਵੱਧ ਜਾਣਗੇ ਸ਼ੁਕਰ ਨੇ ਸਾਡਾ ਅਸੀਂ ਮੋਦੀ ਸਾਹਿਬ ਦਾ ਬਹੁਤ ਸ਼ੁਕਰੀਆ ਕਰਦੇ ਹਾਂ ਕਿ ਮੰਦੀ ਦੇ ਲੱਗੇ ਵੇ ਟਾਈਮ ਸਾਨੂੰ ਰੋਜ਼ਗਾਰ ਦਿੱਤਾ ਸੁਜੀ ਸੰਨਿਸ ਬੁਢਿਤ ਨੀ ਕਬਰਾ ਹੁਣ ਨੀਜਾਦਤ ਦੇਵ ਨਮਸਕਾਰ